ਮਾਣੋ ਮੁੱਖ ਮਾਰਗ ਤੇ ਪੈਂਦੇ ਰਾਜਾ ਢਾਬੇ ਤੇ ਬੀਤੀ ਰਾਤ ਨਕਦੀ ਲੁੱਟ ਲਈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। DSP ਧਰਮਪਾਲ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਥਿਤ ਦੋਸ਼ੀ ਨੇ ਨਜਾਇਜ਼ ਪਿਸਟਲ ਦੇ ਸਹਾਰੇ ਢਾਬੇ ਤੋਂ ਕਰੀਬ 17,000 ਦੀ ਨਕਦੀ ਲੁੱਟ ਲਈ। ਉੱਥੋਂ ਭੱਜਣ ਦੀ ਕੋਸ਼ਿਸ਼ ਦੌਰਾਨ ਉਸ ਨੂੰ ਕਾਬੂ ਕਰ ਲਿਆ ਗਿਆ। ਰਾਜਾ ਢਾਬੇ ਵੱਲੋਂ ਗੁਰਵਿੰਦਰ ਸਿੰਘ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ। SSP ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਸ਼ਰਾਰਤੀ ਤੱਤ ਐਲੀਮੈਂਟਸ ਦੇ ਅਗੇ ਚਲਾਈ ਜਾ ਰਹੀ ਸਪੈਸ਼ਲ ਡਰਾਈਵ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਖਮਾਣੋ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ। ਜਦੋਂ ਕਰੀਬ 11:05 ਰਾਤ ਦੇ ਰਾਜਾ ਢਾਬਾ ਨੈਸ਼ਨਲ ਹਾਈਵੇ ਲੁਧਿਆਣਾ ਚੰਡੀਗੜ੍ਹ ਰੋਡ 'ਤੇ ਇੱਕ ਸ਼ਖਸ ਨੇ ਢਾਬੇ 'ਤੇ ਜ਼ਬਰਦਸਤੀ ਐਂਟਰ ਹੋ ਕੇ ਰਾਤ ਦੇ ਟਾਈਮ ਪਿਸਟਲ ਤਾਣ ਕੇ ਉੱਥੋਂ ਤਕਰੀਬਨ 18,000 ਰੁਪਇਆ ਆਪਣੇ ਪਿਸਟਲ ਪੁਆਇੰਟ 'ਤੇ ਖੋਇਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਖੋ ਕੇ, ਅਤੇ ਜਿੱਥੇ ਪੁਲਿਸ ਦੀ ਇਤਲਾਹ ਮਿਲਣ 'ਤੇ ਪਹੁੰਚੀ ਅਤੇ ਰਾਜਾ ਢਾਬਾ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਵੀ ਕਾਫੀ ਹਿੰਮਤ ਔਰ ਮੁਸ਼ਤੈਦੀ ਦੇ ਕਾਰਨ ਅਸੀਂ ਇਹ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈਗਾ, ਜਿਹਦਾ ਨਾਂ ਹੈਗਾ ਸਿਮਰਜੀਤ ਸਿੰਘ, ਸਾਨੂੰ ਬੰਸ ਸਿੰਘ, ਪਿੰਡ ਕੁਲਾਰਾ ਕਲਾਂ ਥਾਣਾ ਮੋਰਿੰਡਾ ਹੈਗਾ, ਜਿਹਦੇ ਖਿਲਾਫ ਮੁਕੱਦਮਾ ਨੰਬਰ ਅੰਡਰ ਸੈਕਸ਼ਨ 392-2549 ਥਾਣਾ ਖਮਾਣੋ ਦਰਜ ਕੀਤਾ ਹੈਗਾ। ਇਹਨੂੰ ਗ੍ਰਿਫਤਾਰ ਕਰ ਲਿਆ ਅਤੇ ਜਿਹੜੀ ਲੁੱਟ ਦੀ ਬਰਾਮਦ ਰਕਮ ਹੈਗੀ ਆ ਤਕਰੀਬਨ ਉਹ 17,720 ਰੁਪਏ ਬਰਾਮਦ ਕੀਤੀ ਹੈ ਇਹਦੇ ਤੋਂ, ਅਤੇ ਬਾਕੀ ਕਾਰ ਹੈਗੀ ਆ ਉਹ ਵੀ ਇਹਤੋਂ ਬਰਾਮਦ ਕਰ ਲਈ ਗਈ ਹੈ। ਪਿਸਟਲ ਬਰਾਮਦ ਕੀਤਾ ਗਿਆ ਹੈ, 5 ਰੌਂਦ ਜਿੰਦਾ ਬਰਾਮਦ ਕੀਤੇ ਆ ਅਸੀਂ ਇਹਦੇ ਤੋਂ, ਅਤੇ ਅੱਜ ਇਹਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕੀਤਾ ਜਿੱਥੇ ਕਿ ਇਹਨੂੰ 1 ਦਿਨ ਦਾ ਰਿਮਾਂਡ ਹਾਸਲ ਕੀਤਾ ਹੈਗਾ। ਅਸੀਂ ਇਹਦੀ ਬੈਕਗ੍ਰਾਊਂਡ ਪਤਾ ਕਰਾਈ ਹੈਗੀ ਆ ਅਤੇ ਕ੍ਰਿਮੀਨਲ ਟਾਈਪ ਦਾ ਬੰਦਾ ਹੈਗਾ, ਆਲਰੇਡੀ ਇਹਦੇ ਖਿਲਾਫ 9 FIRs ਦਰਜ ਨੇ ਜੀ, ਜਿਨ੍ਹਾਂ 'ਚੋਂ 7 ਮੋਰਿੰਡੇ ਥਾਣੇ ਦੀਆਂ ਦਰਜ ਨੇ, 307, 302 ਅਤੇ ਬਾਕੀ ਬਠਿੰਡਾ ਦੀ ਜ਼ਿਲ੍ਹੇ ਦੀ ਵੀ 1 FIR ਹੈਗੀ ਹੈ ਮਹਿਲਾ ਥਾਣੇ 'ਚ ਦਰਜ, ਅਤੇ 1 FIR ਚਮਕੌਰ ਥਾਣੇ 'ਚ ਦਰਜ ਹੈਗੀ ਹੈ ਇਹਦੇ ਖਿਲਾਫ, ਅਤੇ ਕਾਫੀ ਕ੍ਰਿਮੀਨਲ ਬੈਕਗ੍ਰਾਊਂਡ ਹੈਗੀ ਹੈ ਅਤੇ ਇਸ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ, ਬਾਕੀ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਹਾਂ। ਖਮਾਣੋ ਤੋਂ ਪੰਜਾਬੀ ਸਰਗਰਮੀਆਂ ਲਈ ਪਵਨਜੀਤ ਸਿੰਘ ਲਾਂਬਾ ਦੀ ਰਿਪੋਰਟ।